ਜਨਾਬ ਅਲਹਮਦੁਲਿਲਾ, ਮੌਸਮ ਸੁਬਹਾ ਦਾ ਕਾਫੀ ਬਿਹਤਰ ਸੀ, ਧੁੱਪ ਸ਼ੁੱਪ ਸੀ, ਤਾਂ ਹੁਣ ਝਾੜ ਹੋ ਗਿਆ। ਹਰਿਆਲੀ ਦੇਖੋ ਮਾਸ਼ਾਅੱਲਾ ਕੈਸੀ ਜ਼ਬਰਦਸਤ ਹੋਈ ਹੈ। ਫੁੱਲਾਂ ਦਾ ਜਨਾਬ, ਮੇਰੀ ਦਰਖਤਾਂ ਦਾ ਫੁੱਲ ਲੱਗੇ ਨੇ ਬਿਹਤਰੀਨ ਕਿਸਮ ਦੇ, ਅਤੇ ਜ਼ਬਰਦਸਤ ਮਾਹੌਲ। ਥੋੜ੍ਹਾ ਜਿਹਾ ਬਾਹਰ ਆਏ ਹਾਂ, ਫਿਰਨੇ ਟੁਰਨੇ ਪਏ, ਨਾਲ ਕੰਮ ਕਰਨੇ ਆ ਪਏ। ਅਸਾਂ ਮੱਛੀ ਗਲਾਈਏ, ਅਤੇ ਮੈਂ ਚਲੋ ਹੁਣ ਮਤਾ ਅਗਲੀ ਦਾ ਵੇਟ ਹੈ, ਅਤੇ ਨਾਲ ਮੈਂ ਵੀਡੀਓ ਬਣਾਈਏ ਜ਼ਰਾ ਥੋੜ੍ਹੀ। ਰਾਤੀ ਜਨਾਬ ਆਏ ਸਨ ਹਾਜੀ ਸਾਜਿਦ ਸਾਹਿਬ ਵੀ, ਮਾਸ਼ਾਅੱਲਾ ਕਾਫੀ ਦੇਰ ਗੱਪ ਸ਼ੱਪ ਹੋਈ ਹੈ, ਜਲਦੋ ਜਲਦੀ ਵਿੱਚ ਹੀ ਸੀ ਵਿਚਾਰਾ, ਤਾਂ ਬੈਠੇ ਹਾਂ ਝੱਟ ਗੱਪ ਸ਼ੱਪ ਲਾਈ ਹੈ, ਅਤੇ ਵਾਹਵਾ ਮਾਹੌਲ ਬਣ ਗਿਆ। ਉੱਧਰ ਗਏ ਅਸੀਂ ਪਰ ਦਾਨੀ ਕੋਲ ਗਏ ਹਾਂ, ਹਾਜੀ ਅਸਲਮਾਰਾਂ ਗਏ ਹਾਂ, ਮਗਰ ਉਹ ਘਰ ਹੀ ਕੋਈ ਨਹੀਂ ਸਨ। ਫਿਰ 10 ਮਿੰਟ ਉਹਨਾਂ ਨਾਲ ਘਰੋਂ ਚੱਕਰ ਲਾ ਕੇ ਤਾਂ ਆ ਗਏ ਸਾਂ। ਫਿਰ ਇੱਧਰ ਥੋੜ੍ਹੀ ਦੇਰ ਮੇਰੇ ਕੋਲ ਬੈਠਿਆ, ਤਾਂ ਮੈਂ ਚਲੋ ਠੀਕ ਹੈ, ਐਸਾ ਬੜੀ ਮਿਹਰਬਾਨੀ। ਹਾਜੀ ਦਾ ਵਿਚਾਰੇ ਦਾ ਲੰਮਾ ਟ੍ਰਿਪ ਸੀ। ਇਹ ਹੈ ਸ਼ਾਰਦ ਐਂਡ ਕ੍ਰੈਸੈਂਟ ਦਾ ਏਰੀਆ ਵੈ, ਠੀਕ ਹੈ ਜੀ, ਸ਼ਾਰਦ ਐਂਡ ਕ੍ਰੈਸੈਂਟ, ਇੱਥੇ ਅਸੀਂ ਆ ਕੇ ਖਲੋਤੇ ਹਾਂ, ਅਤੇ ਇਨਸ਼ਾਅੱਲਾ ਅੱਲਾਹ ਪਾਕ ਖੈਰ ਖੈਰ ਕਰੇ। ਤੋ ਇਹ ਜਨਾਬ ਮੇਰੀਆਂ ਗੱਲ, ਮੌਸਮ ਜਿਹੜਾ ਕਾਫੀ ਬਿਹਤਰ ਹੋਇਆ ਸੀ, ਅਤੇ ਫਿਰ ਅੱਜ ਦੋ ਤਰੇ ਦਿਨ ਬਲਕਿ ਹਫ਼ਤਾ ਹੋ ਚੱਲਿਆ, ਠੰਡ ਫਿਰ ਜਿਹੜੀ ਹੈ ਨਾ ਵਾਪਸ ਆ ਗਈ ਹੈ ਸਰਦੀ। ਜੈਕਟ ਗੱਡੀ ਵਿੱਚ ਪਈ ਹੈ, ਕਿਉਂਕਿ ਗੱਡੀ ਜੂ ਢਲੀ ਦਾ ਹੀ ਘੱਟ ਹੈ, ਤਾਂ ਹੁਣ ਥੋੜ੍ਹਾ ਜਿਹਾ ਮੈਂ ਜ਼ਰਾ ਬਾਹਰ ਨਿਕਲ ਗਿਆ ਨਾ, ਵੀਡੀਓ ਬਣਾਈਏ, ਕਿਉਂਕਿ ਕਾਫੀ ਦਿਨ ਹੋ ਗਏ ਸਨ ਅਸਾਂ ਦੀ ਗੈਰ ਹਾਜ਼ਰੀ ਚੱਲਦੀ ਸੀ ਪਈ, ਤਾਂ ਮੈਂ ਜ਼ਰਾ ਅਸੀਂ ਵੀ ਥੋੜ੍ਹਾ ਜਿਹਾ ਹਾਜ਼ਰੀ ਲਵਾ ਲਈਏ। ਤੋ ਇਹ ਬਾਤੇਂ ਹੈ ਜਨਾਬ, ਬਾਕੀ ਜਿਹੜੇ ਮਾਮਲਾਤ ਠੀਕ ਚੱਲ ਰਹੇ ਨੇ, ਅੱਲਾਹ ਦਾ ਸ਼ੁਕਰ ਹੈ ਜਨਾਬ। ਅਲਹਮਦੁਲਿਲਾ, ਟੁਰਦੇ ਟੁਰਦੇ ਅਸੀਂ ਜਿਹੜਾ ਨਾ ਸਟੈਚਫੋਰਡ ਪਾਰਕ ਪਹੁੰਚ ਆਏ ਹਾਂ, ਟਾਈਮ ਤਾਂ ਇਹ ਵੋ ਹਮ ਤੋਂ ਮੌਸਮ ਵੀ ਕਾਫੀ ਸਾਰਾ ਜਿਹੜਾ ਨਾ ਮਾਸ਼ਾਅੱਲਾ ਛੜ ਛੜ ਪਏ ਹੈ। ਇਹ ਮੇਰੇ ਬੈਕ ਸਾਈਡ ਦਾ ਮੈਕਡੋਨਲ ਹੈ, ਅੱਗੇ ਜਿਸ ਵੇਲੇ ਲੱਗੇ ਆ ਸਾਂ, ਮੈਂ ਵੀਡੀਓ ਬਣਾ ਰਿਹਾ ਸਾਂ, ਤਾਂ ਹਾਜੀ ਆਸਮ ਸਾਹਿਬ ਦਾ ਫੋਨ ਆ ਗਿਆ ਸੀ। ਉਹ ਪੁੱਛ ਰਹੇ ਸੀ ਵੀ ਹਾਜੀ ਸਾਜ ਸਾਹਿਬ ਰਾਤੀ ਕਿਸ ਟਾਈਮ ਗਏ, ਕੀ ਹੋਇਆ, ਕਿਸ ਤਰ੍ਹਾਂ ਗਏ, ਤਾਂ ਉਹ ਗੱਪ ਸ਼ੱਪ ਲਾਈ ਹੈ। ਤਾਂ ਹੁਣ ਜਨਾਬ ਕੋ ਨਹੀਂ, ਕੰਮ ਵੀ ਹੈ, ਜਿਹੜੇ ਕੁਆਇਟ ਹੈ, ਬਹੁਤ ਠੰਡਾ ਜਾ ਰਿਹਾ, ਬਹੁਤ ਜ਼ਿਆਦਾ। ਇੱਥੇ ਤੱਕ ਆ ਗਏ ਹਾਂ, ਮੈਂ ਮੱਥਾ ਕੋਈ ਇੱਥੋਂ ਕੋਈ ਸ਼ਾਪਿੰਗ ਸ਼ੂਪਿੰਗ ਵਾਲਾ ਕੋਈ ਬੁਲਾ ਲਵੇ ਸਾਨੂੰ, ਕੋਈ ਯਾਰ ਘਰ ਸਮਾਨ ਖੜਨਾ, ਤਾਂ ਚਲੋ ਲੈ ਚਲੋ। ਹੁਣ ਇੱਥੇ ਆ ਕੇ ਖਲੋਤੇ ਹਾਂ, ਅੱਲਾ ਪਾ ਖੈਰ ਕਰੇਗਾ। ਕੋਈ ਵੈਸੇ ਵੀ ਥੋੜ੍ਹਾ ਪਿਆ ਬੱਚਿਆਂ ਦੇ ਸਕੂਲਾਂ ਦਾ, ਹੁਣ ਹੀ 3 ਵਜੇ ਨਾਲ ਜਿਹੜਾ ਨਾ ਉਹ ਰੇੜ ਦੇ ਘਰ ਲਗੇ ਜਾਵਾਂਗੇ, ਅੱਲਾ ਖੈਰ ਕਰੇ। ਮੌਸਮ ਜਿਹੜਾ ਠੰਡਾ ਵੈ, ਠੰਡਾ ਵੈ, ਤਾਂ ਜੈਕਟ ਉਹ ਬਸੰਤੀ ਵਿੱਚ ਪਈ ਹੈ, ਕਿਉਂਕਿ ਇਤਨਾ ਜ਼ਿਆਦਾ ਦੇਰ ਬਾਹਰ ਨਿਕਲੀ ਤਾਂ ਕੋਈ ਨਹੀਂ। ਜੇ ਤਾਂ ਮੈਨ ਕੇ ਬੰਦੇ ਨੇ ਬਾਹਰ ਫਿਰਨਾ ਟੁਰਨਾ ਹੋਵੇ ਨਾ ਜ਼ਿਆਦਾ, ਤਾਂ ਫਿਰ ਜੈਕਟ ਦਾ ਇਸਤੇਮਾਲ, ਰਹਿਣਾ ਹੀ ਵਿੱਚੇ ਹੀ ਬੈਠੇ ਹਾਂ, ਹੀਟਿੰਗ ਸ਼ੀਟਿੰਗ ਲਾ ਲਓ, ਜੇ ਉਹ ਹਮ ਤੋਂ ਤਾਂ ਨਿਜ਼ਾਮ ਜਿਹੜਾ ਨਾ ਚੱਲਦਾ ਰਹਿੰਦਾ। ਇਹ ਜਨਾਬ ਜਿਹੜਾ ਨੇ ਸਟੈਚਫੋਰਡ ਰਿਟੇਲ ਪਾਰਕ, ਇਹਦੇ ਮੈਕਡੋਨਲ ਵੀ ਹੈ। ਇਹ ਮੇਰੇ ਬੈ ਇਸ ਸਾਈਡ ਤਾਂ BM ਹੈ, ਆਰਗਸ, ਉਧਰ ਪਨਾ, ਆਈਸਲੈਂਡ, ਮੈਟਾਲੈਨ, ਜੇ ਉਹ ਸਾਰਾ ਜਿਹੜਾ ਨਾ ਮਾਹੌਲ ਇੱਥੇ ਹੈ ਵੈ। ਚਲੋ ਅੱਲਾ ਖੈਰ ਖੈਰ ਰੱਖੇ ਇਨਸ਼ਾਅੱਲਾ, ਅਸੀਂ ਵੀ ਮੌਸਮ ਨੂੰ ਇੰਜੋਏ ਕਰਦੇ ਹਾਂ, ਅਤੇ ਨਾਲ ਜੇ ਕੋਈ ਮੱਛੀ ਆ ਗਈ ਤਾਂ ਉਹ ਫੜਾਂਗੇ, ਅਤੇ ਨਾ ਆਈ ਤਾਂ ਚੁੱਪ ਕਰਕੇ ਘਰ ਟੁਰ ਜਾਵਾਂਗੇ। ਬਾਕੀ ਇਹ ਜਨਾਬ ਜਿਹੜੇ ਲੱਖ ਕਰੋੜ ਦਰੂਦ ਹਜ਼ੂਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਨਾਬ, ਅਲਹਮਦੁਲਿਲਾ ਅਜ਼ਾ ਵਜਲ, ਜੁਮਾ ਸ਼ਰੀਫ ਪਾੜਾ ਸਾਹਿਬ ਐਂਡ ਈਸਾ ਸਾਹਿਬ ਬਿਲਕੁਲ ਰੈਡੀ ਸਟੇਡੀ ਖਲੋਤੇ ਨੇ। ਹਾਂਜੀ ਜਨਾਬ,
ਜਨਾਬ ਅਲ ਸੁਬਾਹ ਦੇ ਬਿਜ਼ੀ ਜਾ ਰਹੇ ਸਾਂ, ਸੁਬਾਹ ਉੱਠੇ ਹਾਂ, ਪਹਿਲਾਂ ਬਸੰਤੀ ਨੂੰ ਖੜਿਆ ਧੁਆਇਆ ਛੁਆਇਆ ਕਿਉਂਕਿ ਇਹਦੀਆਂ ਜਿਹੜੀਆਂ ਨੇ ਪਲੇਟਾਂ ਚੇਂਜ ਕਰਾਉਣੀਆਂ ਸਨ, ਨਵੀਆਂ ਪਲੇਟਾਂ ਲੈ ਕੇ ਆਏ ਹਾਂ, ਦੇਖ ਲਓ ਅੱਜ ਨੰਬਰ ਸ਼ੰਬਰ ਪੁਰਾਣੇ ਹੀ ਹੈ, ਪਲੇਟਾਂ ਲਿਆਉਂਦੀਆਂ ਨੇ। ਅਤੇ ਉਸ ਤੋਂ ਬਾਅਦ ਜਨਾਬ ਮੇਰੀ ਅਬੂ ਬਕਰ ਸਾਹਿਬ ਦੀ ਇੱਕ ਅਪੁਆਇੰਟਮੈਂਟ ਸੀ ਚਿਲਡਰਨ ਹੋਸਪਿਟਲ ਦੀ, ਇਹਨਾਂ ਦੇ ਕੋਈ ਮਸਲਾ ਸੀ, ਉੱਧਰ ਗਏ ਸਰ, ਮਤਲਬ ਉੱਧਰ ਘਰ ਦੇ ਗਏ, ਮੇਰੀ ਅਪੁਆਇੰਟਮੈਂਟ ਸੀ 10 ਵਜੇ ਬੁਲਵੈਂਪਟਨ, ਮੈਂ ਉੱਥੋਂ ਗਿਆ ਪਲੇਟਾਂ ਲੈਣ। ਅਲਹਮਦੁਲਿਲਾ ਅਜ਼ਬ ਅਜਲ ਅੱਲਾ ਦਾ ਸ਼ੁਕਰ ਹੈ, ਸਾਰੇ ਕੰਮ ਮਾਮਲਾਤ ਕਲੀਅਰ ਹੋ ਗਏ। ਹੁਣ ਅਸੀਂ ਜਨਾਬ ਪੜਿਆ ਜੁਮਾ ਸ਼ਰੀਫ, ਬੈਠੇ ਹਾਂ ਜਨਾਬ ਹੁਣ ਗੱਡੀ 'ਚ, ਬੈਠੀ ਸਾਹਿਬ ਅਬੂ ਬਕਰ ਸਾਹਿਬ ਗੱਡੀ ਵਿੱਚ ਆਉਣ ਅਤੇ ਫਿਰ ਬਹਿ ਕੇ ਗੱਲਾਂ ਕਰੀਏ ਤੁਹਾਡੇ ਨਾਲ ਕੀ ਹੁੰਦਾ। ਉਹ ਭਾਈ ਹੋਰੀ ਜਨਾਬ, ਉਹ ਵੀ ਇਮਾਮ ਸਾਹਿਬ ਨੇ ਇੱਕ ਤਾਂ ਕਰ ਰਹੇ ਸਨ, ਅਸੀਂ ਜਨਾਬ ਅਲਹਮਦੁਲਿਲਾ ਹੁਣ ਗੱਡੀ ਵਿੱਚ ਬਹਿ ਗਏ ਹਾਂ। ਹੁਣ ਸਲਾਹ ਮਸ਼ਵਰਾ ਕਰਨੇ ਅਬੂ ਬਕਰ ਸਾਹਿਬ, ਈਸਾ ਸਾਹਿਬ, ਕੀ ਮਿਸ਼ਨ ਹੈ ਇਹਨਾਂ ਦਾ। ਜਨਾਬ ਮਾਸ਼ਾਅੱਲਾ ਗੱਡੀ ਬਿਲਕੁਲ ਨੀਟ ਐਂਡ, ਇੱਕ ਥੋੜ੍ਹਾ ਜਿਹਾ ਮਸਲਾ ਬਣ ਗਿਆ ਸੀ ਅਬੂ ਬਕਰ ਸਾਹਿਬ, ਇਹ ਜਿਹੜਾ ਨਾ ਇਹ ਲੱਗੀ ਗਿਆ ਨਾ ਜਿੱਥੇ ਟੇਪ, ਉਹ ਦੱਸੋ ਜੀ। ਇਹ ਥੋੜ੍ਹਾ ਜਿਹਾ ਨਾ ਲੂਜ਼ ਸੀ, ਇਹ ਇੱਥੇ ਟੇਪ ਲਾ ਕੇ ਨਾ ਮੈਂ ਇਹਨੂੰ ਸਹੀ ਜੁਆਇੰਟ ਕੀਤੇ ਹੈ। ਤਾਂ ਜਿਸ ਵੇਲੇ ਗਏ ਤਾਂ ਉਹ ਜਿਹੜੇ ਭਾਈ ਹੋਰੀ ਸਨ ਉਹਨਾਂ ਤੱਕਿਆ, ਉਹਨਾਂ ਹੈ ਜੀ ਇਹ ਟੇਪ ਲਾਓ ਪਹਿਲਾਂ ਅਜ਼ੀਜ਼ ਸਾਹਿਬ। ਮੈਂ ਜੀ ਟੇਪ ਲਾ ਲੈਂਦੇ ਹਾਂ, ਟੇਪ ਲਾਈ ਹੈ, ਅੱਲਾ ਪਾਕ ਦਾ ਕਰਮ ਹੋਇਆ ਕਿ ਉਹ ਬਿਹਤਰੀਨ ਬਿਲਕੁਲ ਨੀਟ ਐਂਡ ਕਲੀਨ ਕਲੀਅਰ ਨਜ਼ਰ ਆਇਆ ਵਾ। ਉਹਨਾਂ ਹੈ ਠੀਕ ਹੈ ਜੀ, ਪਲੇਟਾਂ ਪਕੜੋ ਅਤੇ ਜਾਓ। ਉੱਥੋਂ ਫਿਰ ਅਸੀਂ ਨਸਦੇ ਭਜਦੇ ਜਨਾਬ ਅਲਹਮਦੁਲਿਲਾ ਪਹੁੰਚੇ ਹਾਂ, ਆ ਕੇ ਇਸ਼ਨਾਨ ਵਗੈਰਾ ਕੀਤੇ, ਨਾ ਉਸ ਤੋਂ ਪਹਿਲਾਂ ਗਏ ਹਾਂ ਮਾਮੂ ਤੈਰ ਭਾਈ ਕੋਲ, ਉਹਨਾਂ ਕੋਲ ਪਲੇਟਾਂ ਪਿੱਛੇ ਜਨਾਬ ਮੇਰੀ ਉਹਨਾਂ ਨੂੰ ਸੁਰਾਖ ਕਰਾਉਣੇ ਸਨ, ਪਲੇਟਾਂ ਲਵਾਉਣੀਆਂ ਸਨ, ਉਹ ਲਵਾਈਆਂ। ਫਿਰ ਉਹਨਾਂ ਨੂੰ ਵੀ ਦਫ਼ਤਰ ਛੋੜਨਾ ਸੀ, ਉੱਥੇ ਛੋੜਿਆ। ਫਿਰ ਜਨਾਬ ਮੈਂ ਈਸਾ ਸਾਹਿਬ ਨੂੰ 12:30 ਵਜੇ ਅਲਹਮਦੁਲਿਲਾ ਸਕੂਲੋਂ ਪਿੱਕ ਕੀਤਾ, ਕਿਉਂ ਈਸਾ ਸਾਹਿਬ ਇਹ ਗੱਲ ਹੋਈ ਹੈ। ਫਿਰ ਈਸਾ ਘਰ ਆਇਆ, ਉਹਨੇ ਵੁਜ਼ੂ ਵਗੈਰਾ ਕੀਤਾ, ਅਤੇ ਅਸੀਂ ਕਿੱਧਰ ਆਵੇ ਸਾਂ, ਜੁਮਾ ਪੜਨ। ਬਕਰ ਸਾਹਿਬ ਤੁਸੀਂ ਸੁਣਾਓ, ਤੁਹਾਡੀ ਅਪੁਆਇੰਟਮੈਂਟ ਦਾ ਕੈਸੇ ਰਿਹਾ ਅਤੇ ਕੀ ਮਾਮਲਾ ਚੱਲੇ? ਥੋੜ੍ਹਾ ਉੱਚਾ ਬੋਲੋ, ਉੱਚਾ ਥੋੜ੍ਹਾ ਬੋਲੋ ਨਾ, ਜੇ ਨਹੀਂ ਬੋਲਣਾ ਤਾਂ ਸਹੀ ਗਈ ਆ। ਉਹਨਾਂ ਨੇ ਆਖਿਆ ਇਹ ਕਿ ਬੰਦੇ ਦਾ ਸੱਜੇ ਕੰਨ ਉਹਨਾਂ ਨੇ ਕੱਢ ਲਿਆ ਉੱਥੋਂ, ਇਹ ਮੇਰੇ ਗ੍ਰਾਮੀ ਟੀ ਟਿਊਬ, ਤਾਂ ਉਹਨਾਂ ਦੇ ਉਹਨਾਂ ਨੇ ਕੀ ਬੋਲੀਦੇ ਮੈਨੂੰ ਕੋਈ ਦਿੱਤੀ ਉਹਨੇ ਡਰੋਪ, ਆਦਨ ਤੂੰ ਉਹਦੇ ਵਿੱਚ ਪਾ ਕੇ ਜੀ ਡਰਾਈ ਹੋ ਜਾਂਦਾ ਤਾਂ ਉਹਨਾਂ ਨੂੰ ਵੈਟ ਕਰ। ਤਾਂ ਫਿਰ ਆਦਨ ਖੱਬੇ ਵਾਲੇ ਪਾਸੇ ਸਹੀ ਆ, ਉਹਨੂੰ ਕੋਈ ਸ਼ੈ ਨਹੀਂ ਕਰਨਾ। ਠੀਕ ਹੈ, ਇੱਕ ਹੋਰ ਆਪਣਾ ਅਜ਼ੀਜ਼ ਹੀ ਹੈ ਬੱਚਾ ਅਲੀ ਬੇਟਾ, ਉਹਨੂੰ ਜਨਾਬ ਦਰਦ ਹੈ ਵਿਚਾਰੇ ਨੂੰ ਹੋਇਆ ਕੋਈ ਤਕਰੀਬਨ ਮੇਰੇ 1.5 ਮਹੀਨੇ ਤੋਂ ਜ਼ਿਆਦਾ ਹੋ ਗਿਆ। ਉਹਦੇ ਵਾਸਤੇ ਦੁਆ ਕਰੋ ਅੱਲਾ ਪਾਕ ਉਹਨੂੰ ਸਿਹਤ ਤੰਦਰੁਸਤੀ ਦੇ, ਉਹਦਾ ਦਰਦ ਠੀਕ ਹੋਵੇ। ਉਹਨੂੰ ਪਰਸੋਂ 2 ਦਿਨ ਪਹਿਲਾਂ ਵੀ ਇੱਕ ਜਗ੍ਹਾ 'ਤੇ ਲੈ ਗਏ, ਗਏ ਸਾਂ ਇੱਕ ਬਾਬੇ ਹੋਰਾਂ ਕੋਲ, ਫਿਰ ਕੱਲ੍ਹ ਉਹ ਵਿਚਾਰਾ ਫਿਰ ਐਮਰਜੈਂਸੀ ਗਿਆ ਸੀ, ਤਕਰੀਬਨ ਮੇਰੇ ਸੁਬਹਾ 10 ਵਜੇ ਗਿਆ। ਅਗਲੇ ਦਿਨ ਉਹਨਾਂ ਨੇ ਸੁਬਹਾ 3 ਵਜੇ ਵਾਪਸ ਭੇਜਿਆ, ਪਹਿਲਾਂ MRI ਕੀਤੀ ਜੇ ਵੋ, ਅਤੇ ਕਾਫੀ ਵਿਚਾਰੇ ਨੂੰ ਉਡੇਕਾ ਲਾਈ ਰੱਖਿਆ ਨੇ। ਅਤੇ ਅੱਲਾ ਪਾਕ ਹੀ ਹੈ ਉਹਨੂੰ ਵੀ ਸਿਹਤ ਤੰਦਰੁਸਤੀ ਦਿਆ, ਬਾਕੀ ਵੀ ਜਿਤਨੇ ਲੋਕ ਬਿਮਾਰ ਉਹਨਾਂ ਨੂੰ ਅੱਲਾ ਪਾਕ ਸ਼ਿਫਾਏ ਕਾਮਲਾ ਅਜਲਾ ਅਤਾ ਫਰਮਾਇਆ। ਸਾਨੂੰ ਜਨਾਬ ਖਾਂਸੀ ਨਹੀਂ ਜਾਣ ਛੋੜਦੀ ਪਈ। ਉਸ ਦਿਨ ਸੰਘਵਾਜੀ ਆਸਮ ਸਾਹਿਬ ਨੇ ਭੇਜਿਆ ਇੱਕ ਕਾਹਵਾ ਸੀ, ਉਹ ਵੀ ਮੈਂ ਰਾਤੀ ਲੈ ਕੇ ਆਇਆ। ਹੁਣ ਵੀ ਮੈਂ ਬਲਕਿ ਘਰ ਫੋਨ ਕਰਨ ਲੱਗਾ ਕਿ ਬਣਾਓ ਮੇਰੇ ਵਾਸਤੇ, 3-4 ਦਫ਼ਾ ਪੀਤਾ ਮਗਰ ਖਾਂਸੀ ਜਿਹੜਾ ਨਾ ਨਥਿੰਗ। ਮਗਰ ਚਲੋ ਅੱਲਾ ਪਾਕ ਕਰਮ ਕਰਿਆਗਾ। ਤਾਂ ਹੁਣ ਜਨਾਬ ਚੱਲਣੇ ਆ ਘਰ, ਉਸ ਤੋਂ ਬਾਅਦ ਫਿਰ ਜਿਹੜਾ ਅਗਲਾ ਦਾ ਮਾਮਲਾਤ ਹੋਏ ਨੇ ਉਹ ਵੀ ਇਨਸ਼ਾਅੱਲਾ ਤੁਹਾਨੂੰ ਤਕਾਏ ਜਾਣਗੇ। ਜਨਾਬ ਘਰ ਆਉਂਦਿਆਂ ਸਾਥ ਈਸਾ ਸਾਹਿਬ ਨੇ ਆਪਣਾ ਮੁਕੰਮਲ ਯੂਨੀਫਾਰਮ ਚੇਂਜ ਕਰ ਗਿਆ। ਈਸਾ ਸਾਹਿਬ ਕੀ ਹੋ ਰਿਹਾ ਹੁਣ? ਚਾਹ ਪੀਂਦੇ ਪਏ ਹੋ? ਚਾਹ ਦੇ ਨਾਲ ਕੀ ਪੀ ਰਹੇ ਹੋ? ਰਸ। ਉੱਧਰ ਜਨਾਬ ਕੌਮੀ ਅਸੈਂਬਲੀ ਦਾ ਇਜਲਾਸ ਚੱਲਦਾ ਪਿਆ, ਇੱਧਰ ਅਬੂ ਬਕਰ ਸਾਹਿਬ ਵੀ ਆਪਣਾ ਕੋਈ ਲੈਣ ਚੱਲੇ ਜੇ, ਇਹਨਾਂ ਦਾ ਵੀ ਕੋਈ ਸਾਡੇ ਵਾਸਤੇ ਜਨਾਬ ਇਹ ਤਿਆਰ ਹੋ ਗਿਆ। ਦੇਖ ਲਓ ਇਹ ਜਿਹੜਾ ਕਾਹਵਾ ਤੁਹਾਨੂੰ ਦੱਸਿਆ ਨਾ, ਉਹ ਕਾਹਵਾ ਦੱਸੋ ਜੀ। ਇਹ ਕਾਹਵੇ ਦੀ ਜਿਹੜਾ ਨਾ ਇਹ ਅਸੀਂ ਖੁਰਾਕ ਆਪਣੀ ਲੈਂਦੇ ਹਾਂ, ਜਿਹੜਾ ਨਾ ਖਜਲਮ ਕਰਕੇ ਰੱਖ ਦਿੱਤੀ ਹੈ, ਬਹੁਤ ਖਜਲਮ ਹੋਇਆ।
ਮੈਨੂੰ ਇਹ ਜਨਾਬ ਸਪੈਸ਼ਲ ਹਾਜੀ ਆਸਮ ਸਾਹਿਬ ਨੇ ਕਾਹਵੇ ਦੀ ਜਿਹੜਿਆਂ ਨੇ ਭੇਜੀ ਸੀ, ਮੇਰੇ ਹੋਰ ਇੱਕ ਦੋਸਤ ਨੇ ਭਾਈ ਜਾਨ ਕਿਆਨੀ ਸਾਹਿਬ, ਉਹ ਵੀ ਆਖਦੇ ਜੀ ਜਦੋਂ ਤੱਕ ਤੂੰ ਕਾਹਵਾ ਨਹੀਂ ਪੀਣਾ ਤੇਰੀ ਖਾਂਸੀ ਨਹੀਂ ਠੀਕ ਹੁੰਦੀ। ਮੈਂ ਹਜੇ ਹੁਣ ਕਾਹਵੇ ਦਾ ਆ ਜਾਂਦੇ ਹਾਂ, ਫਿਰ ਤੁਹਾਨੂੰ ਕਾਹਵੇ ਦਾ ਜਿਹੜਿਆਂ ਨੇ ਆਰਡਰ ਮਿਲਿਆ ਸੀ ਇਹ ਪੀਤਾ ਜਾ ਨੇ ਲਿਆ ਕੇ। ਅਬੂ ਬਕਰ ਸਾਹਿਬ ਵੀ ਜਨਾਬ ਅਲਹਮਦੁਲਿਲਾ ਲੈਣ ਆਪਣਾ। ਅਬਾ ਸਾਹਿਬ ਕੀ ਆਇਆ ਤੁਹਾਡਾ ਮਾਸ਼ਾਅੱਲਾ? ਅੱਛਾ, ਨਾਲ ਦਾਲ, ਕਿਉਂਕਿ ਅਬੂ ਬਕਰ ਸਾਹਿਬ ਇਹਨਾਂ ਦੀ ਸਕੂਲ ਅਪੁਆਇੰਟਮੈਂਟ ਸੀ ਤਾਂ ਇਹਨਾਂ ਦਾ ਜਿਹੜਾ ਹੁੰਦਾ ਨਾ ਮੀਲ ਸਕੂਲ ਦਾ, ਉਹ ਅੱਜ ਮਿਸ ਹੋ ਗਿਆ ਸੀ। ਤਾਂ ਸਕੂਲ ਡਿਨਰ ਜਿਹੜਾ ਮਿਸ ਹੋਇਆ ਹਸਪਤਾਲ ਦੀ ਵਜ੍ਹਾ ਤੋਂ, ਤਾਂ ਬੜੇ ਜ਼ੋਰਾਂ ਲਿਆ ਕੇ ਗਏ ਹਾਂ ਇਹਨੂੰ ਮਸਜਿਦ 'ਚ ਵੀ ਨਹੀਂ ਤਾਂ ਇਹਦਾ ਤਾਂ ਦਿਲ ਸੀ ਮੈਂ ਹੁਣ ਹੀ ਜਿਹੜਾ ਕੋਈ ਖਾ। ਤਾਂ ਹੁਣ ਅਸੀਂ ਜਨਾਬ ਆਪਣਾ ਬਿਹਤਰੀਨ ਕਿਸਮ ਦਾ, ਤਾਂ ਉਸ ਤੋਂ ਬਾਅਦ ਹੈ ਅਬੂ ਬਕਰ ਸਾਹਿਬ ਨੂੰ ਸਕੂਲ ਆਪਣਾ ਸੋਰੀ ਹਸਪਤਾਲ ਲੈਣੇ ਆ, ਏਅਰ ਡਰਾਪ ਦਿੱਤੇ ਨੇ ਕੰਨਾਂ 'ਚ ਪਾਉਣ ਵਾਸਤੇ, ਅਤੇ ਕੰਨ ਦਾ ਥੋੜ੍ਹਾ ਜਿਹਾ ਇਹਦਾ ਮਸਲਾ ਸੀ, ਇਸ ਵਾਸਤੇ ਹਸਪਤਾਲ ਗਿਆ ਸੀ। ਅਤੇ ਇਨਸ਼ਾਅੱਲਾ ਦੇਖਦੇ ਹਾਂ, ਈਸਾ ਸਾਹਿਬ ਵੀ ਚਾਸ ਲੈ ਰਹੇ ਨੇ ਹੁਣ ਅੱਗੋਂ ਦੋ ਦਿਨ ਈਸਾ ਸਾਹਿਬ ਨੇ ਫੁੱਲ ਇੰਜੋਏ ਕਰਨਾ, ਕਿਉਂ ਈਸਾ ਹੀ ਗੱਲ ਹੈ ਨਾ। ਗੁੱਡ ਬੋਆਏ ਜਨਾਬ ਅਲਹਮਦੁਲਿਲਾ, ਅਸੀਂ ਏਅਰਪੋਰਟ 'ਤੇ ਆਏ ਹਾਂ ਮੱਛੀ ਲੈ ਕੇ, ਮਤਲਬ ਜੋਬ ਲੈ ਕੇ ਆਏ ਹਾਂ ਏਅਰਪੋਰਟ 'ਤੇ, ਇੱਥੇ ਲਾ ਗਏ ਤਾਂ ਹੁਣ ਵੇਟ ਕਰਨੇ ਹਾਂ ਵੀ ਡਰਾਪ ਆਫ ਦੇ ਏਰੀਏ 'ਚ ਲਾਈਏ। ਹੈ ਸੀ ਉਹ ਬਾਹਰ ਦਾ ਜੋਬ, ਅੰਦਰ ਉਹ ਬੰਦਾ ਆਇਆ ਉਹਨੂੰ ਬਾਹਰ ਲਵਾਉਣਾ ਸੀ। ਇਹ ਫਿਰ ਜਿਹੜਾ ਨੇ ਟਿਕਟ ਵਾਲੇ ਜ਼ੋਨ 'ਚ ਆ ਕੇ ਆਏ ਹਾਂ, ਜਿੱਥੇ £5 ਪੇ ਕਰਨੇ ਸਨ ਉਹ ਦਿੱਤੇ ਨੇ, ਤਾਂ ਹੁਣ ਇੱਥੇ ਵੇਟ ਕਰਨੇ ਹੈ ਨਾ 5 ਮਿੰਟ ਹੋਰ ਸਾਡੇ ਕੋਲ, ਜੇ ਕੋਈ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਇਸੇ ਤਰੀਕੇ ਟੁਰ ਜਾਵਾਂਗੇ। ਤਾਂ ਉਹ ਭਾਈ ਹੋਰਾਂ ਕੋਲ ਜਨਾਬ ਆਦਨ ਕਾਰਡ ਨਾਲ ਪੈਸੇ ਦੇਣੇ ਆ ਜਿਹੜੇ ਐਕਸਟਰਾ ਲੱਗੇ ਨੇ। ਮੈਂ ਕਿਹਾ ਯਾਰ ਹੁਣ ਤੂੰ ਕਾਰਡ ਨਾਲ ਮੈਨੂੰ ਕਿੱਥੇ ਦੇਵੇਂਗਾ, ਤੂੰ ਜਾ ਟੁਰ ਜਾ, ਉਹਦੇ ਕੋਲ ਕਾਰਡ ਮਸ਼ੀਨ ਤਾਂ ਲਗਾ ਦੇਣ, ਤਾਂ ਮਸ਼ੀਨ ਇਸੇ ਦੇ ਨਾਲ ਅਸੀਂ ਅੱਜ ਦੀ ਵੀਡੀਓ ਦਾ ਕਰਨੇ ਆ ਇੱਥੇ ਹੀ ਐਂਡ। ਦੁਆਵਾਂ ਯਾਦ ਰੱਖੋ, ਚੈਨਲ ਜਿਹਨਾਂ ਨਹੀਂ ਸਬਸਕ੍ਰਾਈਬ ਕੀਤੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਘੰਟੀ ਦਾ ਬਟਨ ਲਾਜ਼ਮੀ ਦਬਾਓ। ਤਾਂ ਅੱਲਾ ਸੋਹਣੇ ਦੇ ਵਾਲਾ ਮੇਰੇ 'ਤੇ ਹੈ, ਬ੍ਰੇਕ ਕੇ ਬਾਅਦ ਇਨਸ਼ਾਅੱਲਾ ਅੱਜ ਵਜਲ